जेकर थोड़ा भी है रंग साफ या फिर गोरा तो तुसी भी हो जाओ सावधान। गोरा रंग बनिया जिंदगी दे लई काला दिन। की है पूरी खबर देखो इस खास रिपोर्ट दे विच ते खबर नू कर दो वध तो वध शेयर ताजो हो सके सब नू जानकारी कि भारत दे विच किस तरीके दे नाल गोरे रंग वालिया नू आ रहियां ने मुश्किलां। ਤੁਸੀਂ ਵੇਖ ਰਹੇ ਹੋ ਤਾਂ ਟੀਵੀ ਐਨ ਆਰ ਆਈ ਮੈਂ ਹਾਂ ਗਰਿਮਾ। ਜੇਕਰ ਤੁਹਾਡਾ ਰੰਗ ਸਾਫ਼ ਹੈ ਜਾਂ ਫਿਰ ਕਹਿ ਲਈਏ ਕਿ ਤੁਸੀਂ ਗੋਰੇ ਹੋ ਤਾਂ ਸ਼ਾਇਦ ਤੁਹਾਨੂੰ ਮੁਸ਼ਕਿਲਾਂ ਆ ਸਕਦੀਆਂ ਨੇ। ਜੀ ਹਾਂ, ਜਿਹੜੇ ਲੋਕ ਨੌਕਰੀ ਕਰ ਰਹੇ ਨੇ ਅਤੇ ਅੱਜ ਕੱਲ੍ਹ ਜਿਹੜਾ ਕਹਿ ਲਈਏ ਅਪਰੇਜ਼ਲਸ ਦਾ ਟਾਈਮ ਹੈ, ਜੇਕਰ ਤੁਹਾਡਾ ਕੰਮ ਵਧੀਆ ਹੈ ਤਾਂ ਸ਼ਾਇਦ ਤੁਹਾਡੀ ਸੈਲਰੀ ਵਧੀਆ ਲੱਗ ਸਕਦੀ ਹੈ, ਜਾਂ ਫਿਰ ਲੋਕ ਜਿਹੜਾ ਕਹਿ ਲਈਏ ਇੰਟਰਵਿਊਜ਼ ਦੇਣ ਲਈ ਜਾਂਦੇ ਹੈ। ਪਰ ਜੇਕਰ ਇੰਟਰਵਿਊ ਦੇ ਵਿੱਚ ਸਿਲੈਕਟ ਹੋ ਜਾਵੇ ਤਾਂ ਬਹੁਤ ਚੰਗੀ ਗੱਲ ਹੈ, ਪਰ ਜੇਕਰ ਨਹੀਂ ਹੁੰਦੇ ਤਾਂ ਸ਼ਾਇਦ ਤੁਸੀਂ ਥੋੜ੍ਹਾ ਨਿਰਾਸ਼ ਹੋ ਸਕਦੇ ਹੋ। ਸ਼ਾਇਦ ਤੁਹਾਡੇ ਸਕਿੱਲਸ ਦੇ ਵਿੱਚ ਕਮੀ ਹੋ ਸਕਦੀ ਹੈ, ਜਾਂ ਫਿਰ ਤੁਹਾਡਾ ਐਕਸਪੀਰੀਅੰਸ ਜਾਂ ਫਿਰ ਤੁਹਾਨੂੰ ਕੰਮ ਨਹੀਂ ਆਉਂਦਾ ਹੋ ਸਕਦਾ। ਪਰ ਦੱਸ ਦਈਏ ਕਿ ਜੇਕਰ ਤੁਹਾਡਾ ਰੰਗ ਗੋਰਾ ਹੈ ਪਰ ਤੁਹਾਨੂੰ ਨੌਕਰੀ ਨਾ ਮਿਲੇ, ਇਹ ਵੀ ਸੰਭਵ ਹੋ ਸਕਦਾ ਹੈ, ਕਿਉਂਕਿ ਗੋਰੇ ਰੰਗ ਨੂੰ ਤਾਂ ਸਭ ਤੋਂ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ ਅਤੇ ਲੋਕ ਕਾਫੀ ਜ਼ਿਆਦਾ ਉਹਨਾਂ ਲੋਕਾਂ ਨੂੰ ਅਕਸਰ ਹੀ ਦੇਖਿਆ ਜਾਂਦਾ ਹੈ, ਪਸੰਦ ਕਰਦੇ ਹੈ, ਜਿਨ੍ਹਾਂ ਦਾ ਰੰਗ ਸਾਫ਼ ਵੀ ਹੁੰਦਾ ਹੈ ਅਤੇ ਗੋਰਾ ਵੀ ਹੁੰਦਾ ਹੈ। ਪਰ ਸ਼ਾਇਦ ਇੱਕ ਲੜਕੀ ਦੇ ਲਈ ਇਹ ਗੋਰਾ ਰੰਗ ਕਾਫੀ ਜ਼ਿਆਦਾ ਡਰਾਵਨਾ ਬਣ ਗਿਆ ਅਤੇ ਚੰਗੀ ਭਲੀ ਨੌਕਰੀ ਵੀ ਹੱਥੋਂ ਚਲੀ ਗਈ। ਜੀ ਹਾਂ, ਇਹ ਬਿਲਕੁਲ ਸਹੀ ਸੁਣਿਆ ਹੈ ਖ਼ਬਰ, ਜੋ ਭਾਰਤ ਦੀ ਹੀ ਹੈ ਜਿੱਥੇ ਇੱਕ ਲੜਕੀ ਦਾ ਰੰਗ ਸਾਫ਼ ਹੋਣਾ ਜਾਂ ਫਿਰ ਗੋਰਾ ਹੋਣਾ ਉਸ ਦੇ ਲਈ ਬਦੂਆ ਬਣ ਗਿਆ ਅਤੇ ਉਸਦੇ ਹੱਥੋਂ ਨੌਕਰੀ ਮਿਲ ਗਈ। ਦਰਅਸਲ ਅਪਰੇਜ਼ਲਸ ਦੇ ਟਾਈਮ ਸੀ ਅਤੇ ਲੜਕੀ ਨੂੰ ਲੱਗਿਆ ਕਿ ਉਸਨੂੰ ਵਧੀਆ ਜਗ੍ਹਾ 'ਤੇ ਇੰਟਰਵਿਊ ਦੇਣ ਦੀ ਲੋੜ ਹੈ ਅਤੇ ਉਹ ਲੜਕੀ ਜੋ ਹੈ ਚੰਗੀ ਕੰਪਨੀ ਦੇ ਵਿੱਚ ਇੰਟਰਵਿਊ ਦੇਣ ਦੇ ਲਈ ਪਹੁੰਚ ਜਾਂਦੀ ਹੈ। ਉੱਥੇ ਹੀ ਲੜਕੀ ਦੇ ਵੱਲੋਂ ਬਕਾਇਦਾ ਪੋਸਟ ਸ਼ੇਅਰ ਕੀਤੀ ਜਾਂਦੀ ਹੈ। ਲੜਕੀ ਦਾ ਕਹਿਣਾ ਹੈ ਕਿ ਰਾਊਂਡ 3 ਤਰੀਕੇ ਦੇ ਹੁੰਦੇ ਨੇ ਜਦੋਂ ਅਸੀਂ ਇੰਟਰਵਿਊ ਦਿੰਦੇ ਹਾਂ। ਪਹਿਲਾ ਅਸਾਈਨਮੈਂਟ ਦਾ, ਦੂਸਰਾ ਸਕਿੱਲਸ ਅਤੇ ਤੀਸਰਾ ਐਕਸਪੀਰੀਅੰਸ। ਅਤੇ ਮੈਂ ਤੀਸਰੇ ਰਾਊਂਡ ਦੇ ਵਿੱਚ ਫਿੱਟ ਨਹੀਂ ਹੈ, ਯਾਨੀ ਕਿ ਐਕਸਪੀਰੀਅੰਸ। ਜੀ ਨਹੀਂ, ਐਕਸਪੀਰੀਅੰਸ ਮੇਰੇ ਕੋਲ ਕੰਮ ਦਾ ਸੀਗਾ, ਪਰ ਮੇਰਾ ਰੰਗ ਜੋ ਬਾਕੀ ਲੋਕਾਂ ਦੇ ਮੁਕਾਬਲੇ ਦੇ ਵਿੱਚ ਬੇਹੱਦ ਸਾਫ਼ ਸੀਗਾ। ਅਤੇ ਸਾਡੀ HR ਚਾਹੁੰਦੀ ਸੀ ਕਿ ਜੇ ਬਕਾਇਦਾ ਮੈਂ ਕਿਸੇ ਦੇ ਨਾਲ ਭੇਦਭਾਵ ਨਾ ਕਰਾਂ ਅਤੇ ਲੋਕ ਮੇਰੇ ਰੰਗ ਤੋਂ ਹੀਨ ਭਾਵਨਾ ਨਾ ਮਹਿਸੂਸ ਕਰਨ, ਇਸ ਦੇ ਲਈ ਮੈਨੂੰ ਜੋ ਹੈ ਨੌਕਰੀ ਔਫਰ ਨਹੀਂ ਕੀਤੀ ਗਈ। ਜੀ ਹਾਂ, ਇਹ ਤੁਸੀਂ ਬਿਲਕੁਲ ਸਹੀ ਸੁਣਿਆ, ਇਹ ਭਾਰਤ ਦੀ ਖਬਰ ਹੈ। ਦੱਸ ਦਈਏ ਕਿ ਲਿੰਕਡਇਨ 'ਤੇ ਇਹ ਪੋਸਟ ਬਕਾਇਦਾ ਉਸਦਾ ਲਿੰਕਡਇਨ ਦਾ ਸਕਰੀਨਸ਼ੋਟ ਪਾਇਆ ਗਿਆ, ਨਾਮੀ ਕੰਪਨੀ ਦਾ ਸਕਰੀਨਸ਼ੋਟ ਹੈ। ਇਸ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੜਕੀ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਜਿਵੇਂ ਹੀ ਪਾਈ ਤਾਂ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਗਈ। ਲੜਕੀ ਦਾ ਨਾਂ ਪ੍ਰਤੀਕਸ਼ਾ ਜਿਚਕਰ ਨਾਂ ਦੱਸਿਆ ਜਾ ਰਿਹਾ, ਜਿਸ ਨੇ ਲਿੰਕਡਇਨ 'ਤੇ ਇਹ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਸਨੇ ਲਿਖਿਆ ਹੈ ਕਿ ਤੁਸੀਂ ਠੀਕ ਪੜ੍ਹਿਆ, ਇੰਟਰਵਿਊ ਦੇ 3 ਦੌਰ ਹੁੰਦੇ ਨੇ, ਪਹਿਲਾ ਕੰਮ, ਦੂਸਰਾ ਹੁਨਰ ਅਤੇ ਤੀਸਰਾ ਅਨੁਭਵ। ਮੈਂ ਇਸ ਸਭ ਦੇ ਵਿੱਚ ਫਿੱਟ ਨਹੀਂ ਆਈ ਕਿਉਂਕਿ ਮੇਰੀ ਰੰਗ ਜੋ ਹੈ ਉਹ ਟੀਮ ਦੇ ਲੋਕਾਂ ਨਾਲੋਂ ਜ਼ਿਆਦਾ ਗੋਰਾ ਸੀ। ਹਾਇਰਿੰਗ ਮੈਨੇਜਰ ਯਾਨੀ ਕਿ HR ਇਸ ਵਿੱਚ ਮਤਭੇਦ ਪੈਦਾ ਨਹੀਂ ਕਰਨਾ ਚਾਹੁੰਦੀ ਸੀ, ਇਸ ਲਈ ਮੈਨੂੰ ਨੌਕਰੀ ਦੀ ਪੇਸ਼ਕਸ਼ ਹੀ ਨਹੀਂ ਕੀਤੀ ਗਈ। ਇਹ ਸਭ ਦੇਖ ਕੇ ਮੈਨੂੰ ਬਹੁਤ ਬੁਰਾ ਲੱਗਿਆ। ਇੱਥੇ ਅਸੀਂ ਭਿੰਨਤਾ ਦੀ ਗੱਲ ਕਰਦੇ ਹਾਂ, ਪਰ ਅਸੀਂ ਰੰਗ, ਧਾਰਮਿਕ ਵਿਸ਼ਵਾਸ, ਧਰਮ ਅਤੇ ਹੋਰ ਬਹੁਤ ਸਾਰੀ ਚੀਜ਼ਾਂ ਦੇ ਆਧਾਰ 'ਤੇ ਲੋਕਾਂ ਦਾ ਨਿਰਣੇ ਕਰ ਲੈਂਦੇ ਹਾਂ। ਉੱਥੇ ਤੁਹਾਨੂੰ ਦੱਸ ਦਈਏ ਕਿ ਪੋਸਟ ਦੇ ਵਿੱਚ ਅੱਗੇ ਲਿਖਿਆ ਗਿਆ, ਅਜਿਹਾ ਕਰਨ ਨਾਲ ਪੂਰੇ ਬ੍ਰਾਂਡ ਦੀ ਇਮੇਜ ਖਰਾਬ ਹੁੰਦੀ ਹੈ। HR ਟੀਮ ਤੋਂ ਮੇਲ ਦਾ ਵੀ ਇੱਕ ਸਕਰੀਨ ਜਿਹੜਾ ਕਹਿ ਲਈਏ ਸ਼ੋਟ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਬਕਾਇਦਾ ਲੜਕੀ ਨੇ ਸਾਰੀ ਗੱਲ ਦੱਸੀ ਹੈ। ਇਸ ਦੇ ਨਾਲ ਹੀ ਇਸ ਪੋਸਟ ਨੂੰ ਹੁਣ ਤੱਕ 3,000 ਤੋਂ ਵੱਧ ਲੋਕਾਂ ਦੇ ਵੱਲੋਂ ਲਾਈਕ ਕੀਤਾ ਗਿਆ ਅਤੇ ਸ਼ੇਅਰ ਵੀ ਕੀਤਾ ਗਿਆ। ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਣਾ। ਪਰ ਕਾਫੀ ਜ਼ਿਆਦਾ ਹੈਰਾਨ ਕਰਨ ਵਾਲਾ ਮਾਮਲਾ ਹੈ, ਜਿੱਥੇ ਅਸੀਂ ਦੇਖ ਸਕਦੇ ਹਾਂ ਕਿ ਪੰਜਾਬ ਜਾਂ ਫਿਰ ਭਾਰਤ ਨੂੰ ਇਹ ਕਿਹਾ ਜਾਂਦਾ ਹੈ ਕਿ ਇੱਥੇ ਧਰਮ ਨਿਰਪੱਖਤਾ ਵਾਲਾ ਦੇਸ਼ ਹੈ ਅਤੇ ਲੋਕਾਂ ਨੂੰ ਧਰਮ ਦੇ ਆਧਾਰ ਉੱਤੇ, ਜਾਤੀ ਦੇ ਆਧਾਰ ਉੱਤੇ, ਰੰਗ ਰੂਪ ਦੇ ਆਧਾਰ ਉੱਤੇ ਕਿਸੇ ਵੀ ਤਰੀਕੇ ਦਾ ਵਿਤਕਰਾ ਨਹੀਂ ਕੀਤਾ ਜਾਂਦਾ। ਪਰ ਉੱਥੇ ਹੀ ਅਜੀਬੋ ਗਰੀਬ ਇਹ ਖਬਰ ਜ਼ਰੂਰ ਸਾਹਮਣੇ ਆਈ ਹੈ, ਜਿੱਥੇ ਕੇਵਲ ਗੋਰਾ ਰੰਗ ਕਰਕੇ ਲੜਕੀ ਨੂੰ ਨੌਕਰੀ ਨਹੀਂ ਮਿਲਦੀ ਹੈ। ਰੰਗ ਗੋਰਾ ਸੀ, ਲੜਕੀ ਸੋਹਣੀ ਸੀ, HR ਨੂੰ ਲੱਗਿਆ ਕਿ ਸ਼ਾਇਦ ਉਸਦੇ ਟੀਮਮੇਟਸ ਦੇ ਨਾਲ ਉਸਦਾ ਰੰਗ ਨਹੀਂ ਮੈਚ ਕਰਦਾ ਅਤੇ ਸ਼ਾਇਦ ਟੀਮਮੇਟਸ ਹੀਨ ਭਾਵਨਾ ਮਹਿਸੂਸ ਕਰ ਸਕਦੇ ਹਾਂ। ਇਸ ਦੇ ਕਾਰਨ ਲੜਕੀ ਨੂੰ ਨੌਕਰੀ 'ਤੇ ਔਫਰ ਨਹੀਂ ਦਿੱਤਾ ਗਿਆ ਅਤੇ ਲੜਕੀ ਦੇ ਵੱਲੋਂ ਨੌਕਰੀ ਜੋ ਹੈ ਹੱਥੋਂ ਗਵਾਈ ਗਈ। ਤਾਂ ਕਹਿ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਰੰਗ ਹੀ ਲੜਕੀ ਵਾਸਤੇ ਇੱਕ ਕਹਿ ਲਈਏ ਵੱਧ ਸੂਰਤ ਵਾਲੀ ਚੀਜ਼ ਬਣ ਗਿਆ ਕਿ ਕਿਸ ਤਰੀਕੇ ਦੇ ਨਾਲ ਲੜਕੀ ਨੂੰ ਰੰਗ ਦੇ ਕਾਰਨ ਨੌਕਰੀ ਗਵਾਉਣੀ ਪਈ। ਇਸ ਤਰੀਕੇ ਦੀ ਅਜੀਬੋ ਗਰੀਬ ਅਤੇ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਤਾਂ TVNRI ਦੇ ਨਾਲ। ਆਰਕੇ ਤਾਂਤਰਿਕ, ਅਘੋਰੀ ਤਾਂਤਰਿਕ ਇਨ ਕਾਮਖਿਆ, ਅਸੀਂ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਹਾਂ।
किसी भी तरह का काला जादू करो या तुड़वाओ, केवल 8 घंटिया विच, सिर्फ 5 घंटिया विच आज ही वशीकरण करवाओ या फिर तुड़वाओ। कारोबार, नौकरी, प्रेम विवाह, झगड़े, दुश्मन तो छुटकारा, विदेश यात्रा, घरेलू कलेश, पढ़ाई विच रुकावट, सिर्फ 11 घंटे विच पाओ किसी भी तरह की समस्या का हल। जेकर आज ही कह दिता कि लॉटरी निकलेगी तो 100% लॉटरी कट के दिखाते हैं, कॉल या व्हाट्सएप करो 9460170252 उते। साड़ा पता है कामख्या पीठ, गुवाहाटी, असम, पिन कोड है 78101।